शब्द पछाड़ छट तू Hey.
Hey, 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 hey.
ਫਰੀਦ ਨੇ ਆਪਣੀ ਰਚਨਾ ਦੇ ਅੱਗੇ ਸ਼ੇਖ ਲਫ਼ਜ਼ ਅਖਵਾਨਾ ਪਸੰਦ ਕੀਤਾ। ਗੁਰੂ ਅਰਜਨ ਪਾਤਸ਼ਾਹ ਜੀ ਨੇ ਜਦੋਂ ਹੈਡਿੰਗ ਬਣਾਏ ਸਾਰਿਆਂ ਭਗਤਾਂ ਦੇ, ਬਾਕੀਆਂ ਦੇ ਨਾਲ ਭਗਤ ਸ਼ਬਦ ਵਰਤਿਆ। ਜਦੋਂ ਬਾਬਾ ਫਰੀਦ ਦੀ ਗੱਲ ਆਈ ਉੱਥੇ ਕਹਿਣ ਲੱਗੇ ਫਰੀਦ ਦੇ ਨਾਮ ਨਾਲ ਸ਼ੇਖ ਲਾਓ, ਕਿਉਂ? ਕਿਉਂਕਿ ਧਰਮ ਦੇ ਖੇਤਰ ਵਿੱਚ ਬੜਾ ਮਜ਼ਬੂਤ ਹੈ। ਬਾਬਾ ਫਰੀਦ ਜੀ ਦੀ ਰਚਨਾ, ਉਹ ਕਹਿੰਦੇ ਇੰਨੀ ਮਜ਼ਬੂਤੀ ਹੋਣੀ ਚਾਹੀਦੀ ਹੈ ਧਰਮ ਦੇ ਖੇਤਰ ਵਿੱਚ, ਧਰਮੀ ਮਨੁੱਖ ਵਿੱਚ, ਕਿ ਉਹ ਅੰਦਰੋਂ ਬਾਹਰੋਂ ਇੱਕੋ ਤੇ ਆਪਣੇ ਰੱਬ ਨਾਲ, ਖੁਦਾਵੰਦ ਨਾਲ, ਅੱਲਾਹ ਤਾਲਾ ਨਾਲ ਪ੍ਰੀਤ ਕਰਨ ਵਾਲਾ, ਉਹਦੇ ਪਿੱਛੇ ਸਭ ਕੁਛ ਵਾਰ ਦੇਣ ਵਾਲਾ ਹੋਣਾ ਚਾਹੀਦਾ। ਸ਼ਬਦ ਹੈ ਬਾਬਾ ਫਰੀਦ ਜੀ ਦਾ, ਦਿਲੋਂ ਮੁਹੱਬਤ ਜਿੰਨ, ਦਿਲੋਂ ਮੁਹੱਬਤ ਜਿੰਨ ਸਹੀ ਸੱਚਿਆ, ਕਰਨ ਲੱਗੇ ਜਿਣ ਮਨ ਹੋਰ, ਮੁੱਖ ਹੋਰ, ਅੰਦਰੋਂ ਹੋਰ, ਬਾਹਰੋਂ ਹੋਰ, ਜਿਣ ਮਨ ਹੋਰ, ਮੁੱਖ ਹੋਰ, ਸੇ ਕਾਢੇ ਕੱਚਿਆ। ਖੁਦਾਏ ਰੰਗ ਦੀਦਾਰ ਕੇ ਜਿਹੜੇ ਉਹਦੀ ਪ੍ਰਾਪਤੀ ਲਈ, ਉਹਦੇ ਇਸ਼ਕ ਲਈ, ਉਹਦੇ ਰੱਬ ਦੀ ਮੁਹੱਬਤ ਵਿੱਚ ਰੰਗੇ ਹੋਏ, ਪਿਆਰ ਵਿੱਚ ਰੰਗੇ ਹੋਏ ਲੋਕ ਨੇ ਵਿਸਰਿਆ ਜਿਨ੍ਹਾਂ ਨਾਮ, ਦੂਜੇ ਪਾਸੇ ਕਹਿਣ ਲੱਗੇ ਵਿਸਰਿਆ ਜਿਨ੍ਹਾਂ ਨਾਮ ਤੇ ਭੋਏ ਭਾਰਤੀ, ਕਿੰਨੇ ਮਜ਼ਬੂਤ ਇਰਾਦੇ ਦੇ ਲਫ਼ਜ਼ ਨੇ। ਜਿਨ੍ਹਾਂ ਨੂੰ ਖੁਦਾ ਵਿਸਰ ਗਿਆ ਉਹ ਤਾਂ ਧਰਤੀ ਤੇ ਪਾਰ ਨੇ, ਪਾਰ ਪਾਈ ਫਿਰਦੇ ਨੇ। ਵਿਸਰਿਆ ਜਿਨ੍ਹਾਂ ਨਾਮ ਤੇ ਭੋਏ ਪਾਰ ਥੀਏ, ਇੰਨਾ ਮਜ਼ਬੂਤ ਖਿਆਲ ਇੱਕ ਥਾਂ ਤੇ ਨਹੀਂ, ਬਾਬਾ ਫਰੀਦ ਦਾ ਅਨੇਕਾਂ ਥਾਵਾਂ ਤੇ ਵੇਖ ਕੇ ਗੁਰੂ ਅਰਜਨ ਪਾਤਸ਼ਾਹ ਜੀ ਨੇ ਉਹਦੇ ਨਾਮ ਨਾਲ ਸ਼ੇਖ ਫਰੀਦ, ਬਾਣੀ ਸ਼ੇਖ ਫਰੀਦ ਜੀ ਰੁਕੇ। ਇੰਨਾ ਮਜ਼ਬੂਤ ਇਰਾਦੇ ਦਾ ਧਰਮੀ, ਪਰ ਹੁਣ ਅੱਜ ਦੇ ਸ਼ਬਦ ਵਿੱਚ ਇੱਕ ਉਲਾਂਭਾ ਦਿੰਦੇ ਨੇ, ਕਹਿੰਦੇ ਨੇ ਮੈਂ ਉਹ ਵੀ ਧਰਮੀ ਦੇਖਣਾ ਜਿਨ੍ਹਾਂ ਨੇ ਧਰਮ ਦਾ ਬੈਨਰ ਲਗਾਇਆ ਹੋਇਆ, ਜਿਵੇਂ ਬਾਬਾ ਖਬੀਰ ਜੀ ਦਾ ਪਿਛਲੇ
ਦੋ ਹਫ਼ਤੇ ਪਹਿਲਾਂ ਦਾ ਸ਼ਬਦ ਸੀ ਨਾ ਮਾਥੇ ਤਿਲਕ ਹੱਥ ਮਾਲਾ ਬਾਣਾ, ਇਸ ਕਿਸਮ ਦਾ ਭੇਖ ਬਣਾ ਕੇ ਧਰਮੀ ਬਣੇ ਹੋਏ ਨੇ, ਧਰਮੀਆਂ ਵਾਲਾ ਬੈਨਰ ਲਗਾਇਆ ਹੋਇਆ, ਬੋਰਡ ਲਗਾਇਆ ਹੋਇਆ। ਪਰ ਰੱਬ ਨਾਲ ਖੁਦਾਵੰਦ ਨਾਲ ਸਾਂਝ ਦੀ ਕੋਈ ਮਜ਼ਬੂਤੀ ਨਹੀਂ। ਕਹਿੰਦੇ ਨੇ ਮੈਂ ਉਹਨਾਂ ਨੂੰ ਸ਼ੇਖ ਆਖਾਂ, ਬਾਕੀ ਆਲਫਲ ਜ਼ਰਾ ਸਮਝਣਾ। ਕਹਿਣ ਲੱਗੇ ਉਹ ਇਹੋ ਜਿਹੇ ਦਿਖਾਵੇ ਦੇ ਧਰਮੀਆਂ ਜਿਹੜੇ ਅੱਜ ਜ਼ਿਆਦਾ ਮਿਲਦੇ ਨੇ। ਅੱਜ ਧਰਮੀ ਦੁਨੀਆ ਇਕੱਠੀ ਕਰ ਲਈਏ ਨਾ, ਤਾਂ ਤੁਸੀਂ ਵੇਖੋ ਕਿ ਇਹੋ ਜਿਹੇ ਧਰਮੀ ਜ਼ਿਆਦਾ ਮਿਲਦੇ ਨੇ। ਬਲਕਿ ਪਿਛਲੇ ਦਿਨਾਂ ਵਿੱਚ ਤਾਂ ਮੈਂ ਕੀਤੀ ਸੀ ਇੱਕ ਵਾਰ ਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਮਾਨੋ ਦਿਸਦਾ ਜਿਵੇਂ ਅੱਜ ਦੀ ਦੁਨੀਆ ਦਾ ਹੀ ਜ਼ਿਕਰ ਕੀਤਾ ਹੋਵੇ। ਭਾਈ ਗੁਰਦਾਸ ਕੋਲੋਂ ਪੁੱਛਿਆ ਗਿਆ ਇਹ ਸੰਸਾਰ ਦੀ ਇੰਨੀ ਭੈੜੀ ਹਾਲਤ ਕਿਉਂ ਹੈ, ਅੱਜ ਦੁਨੀਆ ਇਹੋ ਜਿਹੀ ਕਿਵੇਂ ਹੋ ਗਏ। ਰੱਬ ਨੂੰ ਵਿਸਰਨ ਵਾਲੇ ਭੁੱਲਣ ਵਾਲੇ ਲੋਕ, ਕੇਵਲ ਪਖੰਡ ਦੇ ਸਹਾਰੇ ਜਿਉਣ ਵਾਲੇ ਲੋਕ, ਆਪ ਮਨ ਦੇ ਮੈਲੇ ਤੇ ਦੂਜਿਆਂ ਨੂੰ ਮਨ ਦਾ ਮੈਲਾ ਬਣਾਉਣ ਵਾਲੇ ਲੋਕ ਵੀ ਧਰਮੀ ਅਫਵਾਹਾਂ ਦੇ ਕਿਵੇਂ ਹੋ ਗਏ। ਤਬੀਅਤ ਕੀਤੀ ਸੀ ਮੈਂ ਹੈਰਾਨ ਹੋਇਆ ਉਸ ਪੌੜੀ ਨੂੰ ਪੜ੍ਹ ਕੇ, ਭਾਈ ਗੁਰਦਾਸ ਜੀ ਦੀ ਪੌੜੀ। ਉਹਦੇ ਵਿੱਚ ਉਹਨਾਂ ਨੇ ਜਦੋਂ ਇਸ ਅੱਜ ਦੇ ਸੰਸਾਰ ਦੀ ਜਗਤ ਦੀ ਹਾਲਤ ਬਿਆਨ ਕੀਤੀ ਨਾ, ਸਾਰਾ ਇਲਜ਼ਾਮ ਹੀ ਧਰਮੀਆਂ 'ਤੇ ਲਾ ਦਿੱਤਾ। ਸਾਰੀ ਲਿਸਟ ਤੇ ਸਾਰੇ ਧਰਮੀਆਂ ਦੀ, ਕਿਸੇ ਕਾਤਲ ਦਾ, ਕਿਸੇ ਸਮਗਲਰ ਦਾ, ਕਿਸੇ ਵਿਪਚਾਰੀ ਦਾ ਨਾਂ ਨਹੀਂ ਲਿਖਿਆ। ਕਹਿਣ ਲੱਗੇ ਭਈ ਗਿਲਾਨ ਜਗਤ ਵਿੱਚ ਦੁਨੀਆ ਬਰਬਾਦ ਕਿਵੇਂ ਹੋਈ। ਭਈ ਗਿਲਾਨ ਜਗਤ ਵਿੱਚ ਚਾਰ ਵਰਨ ਆਸ਼ਰਮ ਉਪਾਏ, ਦਸ ਨਾਮ ਸੰਨਿਆਸੀਆਂ, ਜੋਗੀ ਬਾਰੇ ਪੰਥ ਚਲਾਏ, ਜੰਗਮ ਅਤੇ ਸਰੇ ਵੜੇ, ਜਿੰਨੇ ਲਿਸਟ ਬਣਾਈ ਸਾਰੇ ਧਰਮ ਜਿਹੜੇ ਆਪਣੇ ਆਪ ਨੂੰ ਧਰਮੀ ਅਖਵਾਉਂਦੇ ਸੀ, ਭਾਵੇਂ ਬ੍ਰਹਮ ਨੇ ਧਰਮੀ, ਭਾਵੇਂ ਸੰਨਿਆਸੀ ਨੇ ਧਰਮੀ ਅਖਵਾਉਂਦੇ, ਭਾਵੇਂ ਜੋਗੀ ਨੇ ਧਰਮੀ ਅਖਵਾਉਂਦੇ, ਭਾਵੇਂ ਜੰਗਮ ਨੇ ਸਰੇ ਵੜੇ ਨੇ, ਆਪਣੇ ਆਪਣੇ ਧਰਮ ਨਾਲ ਆਪਣੇ ਆਪਣੇ ਮਤ ਵਿੱਚ ਚੱਲਦੇ ਹੋਏ ਧਰਮੀਆਂ ਦੀ ਲਿਸਟ ਵਿੱਚ ਆਉਂਦੇ ਨੇ। ਸਾਰੀ ਲਿਸਟ ਹੀ ਉਹਦੇ ਦਿੱਤੀ ਕਿ ਦੁਨੀਆ ਬਰਬਾਦ ਹੀ ਇਹਨਾਂ ਕੋਲ ਹੋਈ ਹੈ। ਹੁਣ ਇੱਥੇ ਗੁਰੂ ਸ਼ੇਖ ਨੂੰ ਮੁਖਾਤਬ ਕਰਦੇ ਨੇ, ਕਹਿੰਦੇ ਨੇ ਮੈਂ ਅੱਜ ਦੀ ਦੁਨੀਆ ਇਹ ਸ਼ੇਖਾ ਤੇਰੇ ਰੂਪ ਨੂੰ ਦੇਖਣਾ, ਸ਼ਬਦਾਵਲੀ ਹੈ ਨਾ ਉਹਨੂੰ ਸਮਝਣ ਨਾਲ ਵੀ ਬੜਾ ਸਵਾਦ ਹੁੰਦਾ। ਇਹ ਸ਼ੇਖਾ ਇੱਕ ਪ੍ਰਭੂ ਦਾ ਹੋ ਕੇ ਜੀਵਨ ਬਿਤਾ ਕੇ ਸਭ ਕੁਝ ਸਮਰਪਿਤ ਕਰ ਦੇਣ ਵਾਲਾ, ਖੁਦਾ ਦੇ ਪਿਆਰ ਉਹਦੀ ਮੁਹੱਬਤ ਵਿੱਚ ਆਪਣਾ ਜੀਵਨ ਸਮਰਪਿਤ ਕਰ ਦੇਣ ਵਾਲਾ ਸ਼ੇਖ ਸੀ। ਪਰ ਤੂੰ ਕੀ ਮੈਂ ਦੇਖਣਾ, ਚੌ ਚੱਕਿਆ ਚਾਰੇ ਪਾਸੇ ਘੁੰਮਣ ਵਾਲਾ ਚੱਕ, ਕੁਮਾਰਾਂ ਦੀ ਘਰ ਜਾਓ ਉਹ ਜਿੱਥੇ ਭਾਂਡੇ ਕਰਦੇ ਨੇ ਉਹਨੂੰ ਚੱਕ ਕਹਿੰਦੇ ਨੇ, ਤੇ ਉਹਨੂੰ ਘੁੰਮਾਉਂਦੇ ਨੇ, ਉਹ ਚਾਰ ਚਫੇਰੇ ਘੁੰਮਦਾ। ਗੁਰੂ ਨੇ ਵੀ, ਗੁਰੂ ਨਾਨਕ ਪਾਤਸ਼ਾਹ ਜੀ ਨੇ ਆਸਾ ਦੀ ਵਾਰ ਅੰਦਰ ਵੀ ਘੁੰਮਣ ਵਾਲੀਆਂ ਚੀਜ਼ਾਂ ਦੀ ਇੱਕ ਬੜੀ ਵੱਡੀ ਲਿਸਟ ਦਿੱਤੀ, ਉਹ ਸਾਰੀਆਂ ਚੀਜ਼ਾਂ ਘੁੰਮਣ ਵਾਲੀਆਂ ਨੇ। ਗੁਰੂ ਕਹਿੰਦੇ ਨੇ ਕੋਹਲੂ, ਚਰਖਾ, ਚੱਕੀ, ਚੱਕ, ਉੱਥੇ ਵੀ ਨਾ ਚੱਕਦਾ, ਕੋਹਲੂ ਵੀ ਘੁੰਮਦਾ, ਚਰਖਾ ਵੀ ਘੁੰਮਦਾ, ਚੱਕੀ ਵੀ ਘੁੰਮਦੀ ਹੈ,
ਤੇ ਘੁਮਾਰ ਦਾ ਚੱਕ ਵੀ ਘੁੰਮਦਾ। ਤਾਂ ਥਲਾਂ ਵਿੱਚ ਜਦੋਂ ਬਾਬਰ ਵਾਲੇ ਉੱਠਦੇ ਨੇ ਉਹ ਵੀ ਘੁੰਮਦੇ ਨੇ, ਥਲ ਵਿਰੋਲੇ ਬਹੁਤ ਆਨੰਦ, ਲਾਟੂ ਵੀ ਘੁੰਮਦੇ ਨੇ, ਮਧਾਣੀਆਂ ਵੀ ਘੁੰਮਦੀਆਂ ਨੇ, ਜਿਹੜੇ ਗਾਹ ਪਾਉਂਦੇ ਨੇ ਅੰਨ ਦਾ ਉਹ ਵੀ ਉੱਥੇ ਚਾਰ ਚੁਫੇਰੇ ਸਾਰੇ ਗੱਲਾਂ ਨੂੰ ਖਿਲਾਰ ਕੇ ਉੱਤੇ ਘੁੰਮਦੇ ਨੇ, ਲਾਟੂ ਮਧਾਣੀਆਂ ਅੰਨ ਗਾਹ ਪੰਖੀ ਬਹੁੰਦੀਆਂ ਲੈਣ ਨਾ ਸਭ ਕੁਝ ਘੁੰਮਣ ਵਾਲੇ ਉੱਥੇ ਚੱਕ ਦਾ ਨਾਮ ਹੈ। ਹੁਣ ਇੱਥੇ ਗੁਰੂ ਕਹਿੰਦੇ ਨੇ ਹੇ ਸ਼ੇਖ ਮੈਂ ਤਾਂ ਚਾਹੁੰਦਾ ਸੀ ਵੀ ਤੇਰੀ ਦਿਸ਼ਾ ਤਾਂ ਇੱਕ ਖੁਦਾ ਹੈ, ਪਰ ਮੈਂ ਕੀ ਦੇਖ ਰਿਹਾ ਤੂੰ ਚੋ ਚੱਕਾ ਹੋ ਗਿਆ, ਚਾਰੇ ਪਾਸੇ ਘੁੰਮਣ ਵਾਲਾ ਚੱਕ, ਤੇਰਾ ਕੋਈ ਟਿਕਾਣਾ ਨਹੀਂ, ਕਦੇ ਕਿਸੇ ਦਰਵਾਜ਼ੇ 'ਤੇ ਕਦੇ ਕਿਸੇ ਦਰਵਾਜ਼ੇ 'ਤੇ। ਕਹਿਣ ਲੱਗੇ ਚੱਕ ਫਿਰ ਵੀ ਤੇਰੇ ਨਾਲੋਂ ਚੰਗਾ ਹੈ ਵੀ ਉਹ ਘੁੰਮਾਇਆ ਤਾਂ ਘੁੰਮਦਾ ਨਾ, ਉਹਨੂੰ ਘੁੰਮਾਉਣ ਲੱਗੇ ਘੁਮਾਉਣ ਦਾ ਜ਼ੋਰ ਲੱਗਦਾ ਹੈ, ਪਰ ਤੂੰ ਤਾਂ ਚੌਵਾਇਆ ਹੈ, ਚਾਰ ਪਾਸਿਓਂ ਕਿਸੇ ਦਿਸ਼ਾ ਵੱਲੋਂ ਹਵਾ ਆਵੇ, ਵਾਹ ਕਹਿੰਦੇ ਨੇ ਹਵਾ ਨੂੰ ਪਾਉਣ ਨੂੰ, ਕਿਸੇ ਪਾਸਿਓਂ ਹਵਾ ਆਵੇ ਹਵਾ ਦੇ ਬੁੱਲੇ ਨਾਲ ਹੀ ਘੁੰਮ ਜਾਣਾ। ਸਿੱਖਾ ਚੋ ਚੱਕਿਆ ਚੌਵਾਇਆ, ਇਸ ਮਨ ਨੂੰ ਇੱਕ ਘਰ ਵਿੱਚ ਲਿਆ, ਘੁੰਮਣ ਦੀ ਆਦਤ ਛੱਡ ਦੇ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਵੀ ਇੱਕ ਗੱਲ ਆਖੀ ਬੁਲਾਵੇ ਵਜੋਂ ਕਹਿਣ ਲੱਗੇ, ਦੁਆਰੇ ਦੁਆਰ ਸਵਨ ਜੋ ਡੋਲ ਦਰਵਾਜ਼ੇ ਦਰਵਾਜ਼ੇ ਫਿਰਨ ਵਾਲਾ ਮਨੁੱਖ, ਜਿੰਦਾ ਇੱਕ ਗੁਰੂ ਨਹੀਂ, ਇੱਕ ਪੀਰ ਨਹੀਂ, ਇੱਕ ਰੱਬ ਨਹੀਂ। ਕਹਿਣ ਲੱਗੇ ਉਹ ਤਾਂ ਚੱਕ ਹੈ, ਤੇ ਚੱਕ ਨਾਲ ਵੀ ਮਾੜਾ ਚੌਵਾਇਆ ਹੈ, ਮਨ ਨੂੰ ਇੱਕ ਘਰ ਵਿੱਚ ਲਿਆ, ਆਪਣੇ ਮਨ ਦਾ ਇੱਕ ਟਿਕਾਣਾ ਬਣਾ, ਜਿਸ ਨੂੰ ਵੀ ਤੂੰ ਰੱਬ ਮੰਨਣਾ ਮਨ, ਮੈਨੂੰ ਕੋਈ ਤਰ੍ਹਾਂ ਨਹੀਂ, ਪਰ ਇੱਕ ਨੂੰ ਤਾਂ ਮੰਨ, ਜਿਹਨੂੰ ਵੀ ਤੂੰ ਗੁਰੂ ਮੰਨਣਾ ਮਨ, ਪਰ ਕਮ ਸੇ ਕਮ ਇੱਕ ਨੂੰ ਤਾਂ ਮੰਨ। ਇਹ ਮਨ ਇੱਕ ਦਿਖਰਿਆ, ਬਹੁਤ ਸਾਰੇ ਲੋਕ ਇਸ ਗੱਲ ਤੇ ਪਰੇਸ਼ਾਨ ਹੁੰਦੇ ਨੇ, ਇੱਕ ਨਾਲ ਕਿਉਂ ਜ਼ਰੂਰਤ ਹੈ। ਬਾਬਾ ਕਬੀਰ ਨੇ ਵੀ ਹੌਲਾਵਾ ਦਿੱਤਾ, ਕਹਿਣ ਲੱਗੇ ਜਬ ਹਮ ਇੱਕ ਕਰ ਜਾਣਿਆ ਤਬ ਲੋਗੇ ਕਾਹੇ ਦੁੱਖ ਮੰਨਿਆ, ਜਦੋਂ ਮੈਂ ਇੱਕ ਨੂੰ ਪਛਾਣ ਲਿਆ, ਮੈਂ ਇੱਕ ਦਾ ਹੋ ਗਿਆ, ਪਤਾ ਨਹੀਂ ਲੋਕ ਕਿਉਂ ਪਰੇਸ਼ਾਨ। ਕਹਿਣ ਲੱਗੇ ਸੇਖਾ ਚੋ ਚੱਕਿਆ ਚੌਵਾਇਆ, ਇਹ ਮਨ ਇੱਕ ਕਰ ਆਣ, ਇਹੜ ਛੱਡ ਤੂੰ, ਇਹੜ ਤੇਹੜ ਦਾ ਅਰਥ ਕੀ ਆਪਾਂ ਸਮਝਦੇ, ਇਹ ਤਾਂ ਸਾਡੀ ਆਮ ਬੋਲੀ ਦਾ ਲਫ਼ਜ਼ ਹੈ। ਜਿਹਦੇ ਕੋਲ ਅਸਲੀ ਚੀਜ਼ ਗੁਆਚ ਜਾਏ ਨਾ, ਘਰ ਦੀ ਕੋਈ ਚੀਜ਼ ਗੁਆ, ਚਾਬੀ ਗੁਆਚ ਜਾਏ, ਤਾਲਾ ਬੰਦ ਹੈ, ਚਾਬੀ ਅਸਲ ਗੁਆਚ ਗਈ ਹੈ ਤੇ ਦਰਵਾਜ਼ੇ ਤੇ ਖਲੋਤਾ, ਉਹ ਆਪਣੇ ਸਾਥੀ ਨੂੰ ਆਖਦਾ ਭਲਿਆ ਕੋਈ ਹੇੜ ਤੇੜ ਕਰ, ਤਾਲਾ ਖੁੱਲ ਜਾਏ। ਹੇੜ ਤੇੜ ਦਾ ਅਰਥ ਹੁੰਦਾ ਹੈ ਕੋਈ ਜੁਗਾੜ, ਕੋਈ ਟੰਪਰੇ ਦੀ ਢੰਗ ਹੈ, ਜਿਹੜੇ ਹਮੇਸ਼ਾ ਦੀ ਕਾਮਨਾ ਦੇਣ ਉਹਨੂੰ ਟੰਪਰੇਰੀ ਆਖਦੇ ਨੇ, ਜਿਹੜੇ ਹਮੇਸ਼ਾ ਦੇ ਸਾਥੀ ਨਾ ਹੋਣ ਉਹਨਾਂ ਨੂੰ ਟੰਪਰੇਰੀ ਆਖਦੇ ਨੇ।
ਇੱਥੇ ਇਹ ਹਿੜ ਤਿੜ ਦਾ ਮਤਲਬ ਵੀ ਹੋ ਇੱਕ ਉਹ ਲਫ਼ਜ਼ ਆਪਣੇ ਪੰਜਾਬ ਵਿੱਚ ਹੋਰ ਵਰਤਿਆ ਜਾਂਦਾ ਓੜ ਪੋੜ ਉਹਦਾ ਅਰਥ ਵੀ ਹੋ ਕੋਈ ਓੜ ਪੋੜ ਕਰੋ ਕੋਈ ਜੁਗਾੜ ਕਰੋ ਕੋਈ ਇਹੜ ਤੇੜ ਕਰੋ ਪਰ ਇੱਕ ਖਿਆਲ ਕਰਿਓ ਇਹ ਤਿੰਨੇ ਲਫ਼ਜ਼ ਉਸ ਵੇਲੇ ਵਾਸਤੇ ਨੇ ਜਦੋਂ ਅਸਲ ਚੀਜ਼ ਸਾਡੇ ਕੋਲ ਨਾ ਹੋਵੇ ਉਹਦੀ ਥਾਂ ਤੇ ਟੈਂਪਰੇਰੀ ਜਾਂ ਇੰਤਜ਼ਾਮ ਕਰਨਾ ਚਲੋ ਅੱਜ ਦਾ ਕੰਮ ਸਰ ਜਾ ਕੋਈ ਜੁਗਾੜ ਕਰੋ ਤਾਲਾ ਖੁੱਲ ਜਾਏ ਚਲੋ ਫਿਰ ਨਵਾਂ ਲਿਆ ਕੇ ਲਾ ਲਵਾਂਗੇ ਚਾਬੀ ਬਣਵਾ ਲਵਾਂਗੇ ਹੁਣ ਦਰਵਾਜ਼ੇ ਤੇ ਚਲੋ ਕੋਈ ਏੜ ਤੇੜ ਕੋਈ ਜੁਗਾੜ ਕਰੋ ਇੱਥੇ ਨੂੰ ਗੁਰੂ ਨੇ ਉਹ ਲਫ਼ਜ਼ ਵਰਤਿਆ ਹੈ ਤੇ ਕਹਿੰਦੇ ਨੇ ਪੜਿਆ ਏੜ ਤੇੜ ਉਹ ਕਰਦਾ ਹੈ ਜਿਹਦੇ ਕੋਲ ਅਸਲ ਚੀਜ਼ ਨਾ ਹੋਵੇ ਤੇ ਤੇਰੇ ਕੋਲ ਤਾਂ ਅਸਲ ਚੀਜ਼ ਹੈ ਤੂੰ ਤਾਂ ਛੱਡ ਦੇ ਏੜ ਤੇੜ ਕਹਿੰਦੇ ਸਪਸ਼ਟ ਹੁਣ ਇਹ ਸ਼ਬਦ ਕੋਈ ਮੁਕਾਬਲੇ ਵਿੱਚ ਰੱਖਣ ਵਾਲੇ ਨੇ ਕੋਈ ਭਰਮ ਪੈਦਾ ਕਰਨ ਵਾਲੇ ਨੇ ਗੁਰਬਾਣੀ ਦਾ ਸ਼ਬਦ ਸਿੱਧੇ ਸਿੱਧੇ ਅਰਥ ਨੇ ਕਹਿੰਦੇ ਨੇ ਇਹ ਤੇੜ ਉਹ ਕਰਦਾ ਜਿਹਦੇ ਕੋਲ ਅਸਲ ਚੀਜ਼ ਗੁਆਚ ਜਾਏ ਗੁਰੂ ਕਹਿੰਦੇ ਨੇ ਮੈਨੂੰ ਦਿਸਦਾ ਤੇਰੇ ਕੋਲ ਵੀ ਅਸਲ ਚੀਜ਼ ਗੁਆਚ ਗਈ ਹੈ ਉਹੋ ਹੀ ਕਰਦਾ ਇਹ ਤੇੜ ਜਿਹਨੂੰ ਜਿਹਦੇ ਕੋਲ ਅਸਲ ਚੀਜ਼ ਨਾ ਹੋਵੇ ਗੁਰ ਕਾ ਸ਼ਬਦ ਪਛਾਣ ਹੈ ਤੇਰੇ ਜੀਵਨ ਲਈ ਇੱਕ ਕੁੰਜੀ ਹੈ ਬਾਣੀ ਇੱਕ ਪੂੰਜੀ ਹੈ ਬਾਣੀ ਤੇ ਅਸਲ ਤੂੰ ਇਹਨੂੰ ਪਛਾਣ ਨਹੀਂ ਰਿਹਾ ਤੈਨੂੰ ਪਤਾ ਨਹੀਂ ਇਸ ਵਾਸਤੇ ਤੂੰ ਏੜ ਤੇੜ ਲੱਗਣਾ ਚਲੋ ਉਸ ਗ੍ਰੰਥ ਵਿੱਚੋਂ ਕੋਈ ਤੁਕ ਲਾ ਲਓ ਚਲੋ ਇਹਦੀ ਕਈ ਹੋਈ ਕੋਈ ਗੱਲ ਫਿੱਟ ਕਰ ਲਓ ਮੇਰਾ ਆਹ ਕੰਮ ਤੇ ਪੂਰਾ ਹੋ ਗਿਆ ਏੜ ਤੇੜ ਉਹੀ ਕਰਦਾ ਨਾ ਜਿਹਦੇ ਕੋਲੋਂ ਕੁਝ ਗੁਆਚਾ ਹੈ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਅਸਲ ਚੀਜ਼ ਤੇਰੇ ਸਾਹਮਣੇ ਸਾਫ਼ ਕਹਿੰਦੇ ਨੇ ਕੋਈ ਛੁਪੀ ਹੋਈ ਤੇ ਗੱਲ ਨਹੀਂ ਕਹਿੰਦੇ ਨੇ ਅਗਿਆਨਤਾ ਦਾ ਤਾਲਾ ਵੱਜਾ ਹੋਇਆ ਉਹਨੂੰ ਖੋਲਣ ਲਈ ਅਸਲ ਕੁੰਜੀ ਲਾ ਜੁਗਾੜ ਕਿਉਂ ਕਰਨਾ ਸੱਚੀ ਬਾਣੀ ਤੇਰੇ ਕੋਲ ਹੈ ਤੂੰ ਪਛਾਣਦਾ ਨਹੀਂ ਇਹ ਗੱਲ ਵੱਖਰੀ ਕਈ ਵਾਰ ਚਾਬੀਆਂ ਵਿੱਚ ਬਹੁਤੀਆਂ ਚਾਬੀਆਂ ਜਦੋਂ ਇਕੱਠੀਆਂ ਕਰ ਲਈ ਇਹਨੂੰ ਵੱਖ ਵੱਖ ਥਾਵਾਂ ਤੇ ਉਹਨਾਂ ਪੰਜ ਚਾਬੀਆਂ ਵਿੱਚ ਅਸਲ ਚਾਬੀ ਗੁਆਚੀ ਰਹਿੰਦੀ ਚਾਬੀਆਂ ਵਿੱਚੋਂ ਚਾਬੀ ਭਾਲਣੀ ਔਖੀ ਹੋ ਜਾਂਦੀ ਹੈ ਕਹਿਣ ਲੱਗੇ ਤੇਰੇ ਜੀਵਨ ਨੂੰ ਅਗਿਆਨਤਾ ਦਾ ਤਾਲਾ ਲੱਗਾ ਹੋਇਆ ਉਹਦੀ ਚਾਬੀ ਅਸਲ ਤੇਰੇ ਕੋਲ ਹੈ ਪਰ ਗੁਆਚ ਗਈ ਤੇ ਗੁਰੂ ਤੈਨੂੰ ਆਵਾਜ਼ ਦੇ ਕੇ ਆਖ ਰਿਹਾ ਆਵੋ ਸਿੱਖ ਸਤਿਗੁਰ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਫਿਰ ਕਹਿੰਦੇ ਨੇ ਕਿਤੇ ਵੀ ਭੁਲੇਖਾ ਨਾ ਰਹਿ ਸੱਚੀ ਬਾਣੀ ਕਿਹਨੂੰ ਕਹਿੰਦੇ ਨੇ ਇਹ ਵੀ ਤਾਂ ਭੁਲੇਖਾ ਪੈ ਸਕਦੀ ਇੰਨੀ ਗੱਲ ਆਖ ਦਿੱਤੀ ਇਹਨੇ ਗਾਵੋ ਸੱਚੀ ਬਾਣੀ ਪਰ ਮੈਨੂੰ ਇਹ ਕੌਣ ਸਮਝਾਏ ਸੱਚੀ ਬਾਣੀ ਕਿਹੜੀ ਹੁੰਦੀ ਹੈ ਕਹਿਣ ਲੱਗੇ ਜੇ ਸਾਡੇ ਕੋਲੋਂ ਕੋਈ ਪੁੱਛੇ ਤੇਰਾ ਗੁਰੂ ਕਿਹੜਾ
ਸੌਖਾ ਜਵਾਬ ਦਿੱਤਾ ਜਾਣਾ ਜੀ ਸਾਡਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮੈਂ ਰੋਜ਼ ਦੀ ਜਾਗਰਤੀ ਦਿਸ਼ਾ ਵੱਲ ਕਿਉਂ ਚੱਲ ਰਿਹਾ ਲੋੜ ਹੈ ਅੱਜ ਤੋਂ ਕੁਛ ਵਰੇ ਪਹਿਲਾਂ ਤੋਂ ਜਿਹੜੀ ਸਿੱਖ ਰਹਿਤ ਮਰਿਆਦਾ ਚੱਲ ਰਹੀ ਸੀ ਉਹ ਵੀ ਮੇਰੇ ਕੋਲ ਪਈ ਆ ਤੇ ਜਿਹੜੀ ਉਹਦੇ ਵਿੱਚ ਹੁਣ ਚੇਂਜ ਕੀਤੀ ਗਈ ਹੈ ਉਹ ਵੀ ਪਈ ਦੇਖ ਸਕਦੇ ਹੋ ਉੱਥੇ ਕੋਈ ਸਵਾਲ ਨਹੀਂ ਕਰਦਾ ਵੀ ਕਿਹਦੇ ਕੋਲੋਂ ਪੁੱਛ ਕੇ ਚੇਂਜ ਕੀਤੀ ਹੈ ਇਹ ਤਬਦੀਲੀ ਕਿਹਨੇ ਕੀਤੀ ਹੈ ਕਿਹਦੀ ਰਾਏ ਨਾਲ ਕੀਤੀ ਹੈ ਪਹਿਲੇ ਵਿੱਚ ਸਿਰਫ ਹਾਲਾਂਕਿ ਉਹ ਵੀ ਬੁਝਾਰਤ ਸਨ ਪਰ ਫਿਰ ਵੀ ਇਹਦੇ ਨਾਲੋਂ ਸਾਫ ਲਫਜ਼ ਸਨ ਕਿ ਕਥਾ ਕੀਰਤਨ ਕੇਵਲ ਗੁਰਬਾਣੀ ਦਾ ਹੋ ਸਕਦਾ ਹੈ ਅਤੇ ਉਹਦਾ ਜਵਾਬ ਗੁਰਬਾਣੀ ਵਿੱਚੋਂ ਮਿਲ ਜਾਂਦਾ ਸੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਬਾਣੀ ਉਹਦਾ ਜਵਾਬ ਮਿਲ ਜਾਂਦਾ ਸੀ ਫਿਰ ਵੀ ਆਸਾਨੀ ਨਾਲ ਘੁੰਮਿਆ ਜਾ ਸਕਦਾ ਹੁਣ ਸਭ ਤੋਂ ਪਹਿਲਾਂ ਦੇਖੋ ਕਿੱਡੀਆਂ ਸਾਜ਼ਿਸ਼ਾਂ ਵਰਤ ਰਹੀਆਂ ਨੇ ਉਹਨਾਂ ਨੂੰ ਪਤਾ ਹੈ ਬਈ ਜਿਹੜੇ ਸਿੱਖ ਰਹਿਤ ਮਰਿਆਦਾ ਨਾਲ ਸੰਬੰਧ ਰੱਖਦੇ ਨੇ ਚਾਅ ਰੱਖਦੇ ਨੇ ਜਾਂ ਧਿਆਨ ਰੱਖਦੇ ਨੇ ਉਹ ਲੋਕ ਪੁਰਾਤਨ ਬਜ਼ੁਰਗ ਹੀ ਨੇ ਨਵੇਂ ਬੱਚਿਆਂ ਨੂੰ ਤਾਂ ਸਿੱਖ ਰਹਿਤ ਮਰਿਆਦਾ ਸਮਝਣ ਪੜ੍ਹਨ ਦਾ ਟਾਈਮ ਸਾਰੇ ਪੰਜਾਬੀ ਪੜ੍ਹੇ ਹੋਏ ਨੇ ਇਸ ਲਈ ਉਹਦੇ ਵਿੱਚ ਚੇਂਜ ਕਰਨੀ ਔਖੀ ਪਤਾ ਲੱਗ ਜਾਏਗਾ ਹੁਣ ਉਹਨਾਂ ਕੀਤਾ ਕਿ ਸਭ ਤੋਂ ਪਹਿਲਾਂ ਜਿਹੜੀ ਚੇਂਜ ਕੀਤੀ ਹੈ ਉਹ ਇੰਗਲਿਸ਼ ਦੇ ਵਰਸਨ ਵਿੱਚ ਕੀਤੀ ਉਹ ਵੀ ਮੇਰੇ ਕੋਲ ਪਈ ਹੈ ਕਿਉਂਕਿ ਬੱਚਿਆਂ ਨੂੰ ਤਾਂ ਪਤਾ ਹੀ ਨਹੀਂ ਪੁਰਾਣੀ ਕੀ ਸੀ ਅਤੇ ਬਜ਼ੁਰਗਾਂ ਨੇ ਪੜ੍ਹਨੀ ਪੰਜਾਬੀ ਦੀ ਉਹਦੇ ਚ ਲਫ਼ਜ਼ ਗੁਰਬਾਣੀ ਨਹੀਂ ਆਖਿਆ ਕਿ ਕੀਰਤਨ ਕਥਾ ਕੇਵਲ ਗੁਰਬਾਣੀ ਦਾ ਹੋ ਸਕਦਾ ਉੱਥੇ ਲਿਖਿਆ ਦਸਾਂ ਗੁਰੂਆਂ ਦੀ ਬਾਣੀ ਸਮੇਤ ਦਸਾਂ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂਆਂ ਦੀ ਬਾਣੀ ਇਹ ਗੱਲ ਤਾਂ ਵੈਸੇ ਜੇ ਅਸੀਂ ਦਸ ਗੁਰੂਆਂ ਦੀ ਗਿਣਤੀ ਕਰੀਏ ਫਿਰ ਤਾਂ ਬਾਣੀ ਹੈ ਹੀ ਛੇ ਗੁਰੂਆਂ ਦੀ ਦੱਸ ਦੀ ਤਾਂ ਹੈ ਹੀ ਨਹੀਂ ਉੱਥੇ ਵੀ ਲਫ਼ਜ਼ ਪੂਰਾ ਨਹੀਂ ਹੁੰਦਾ ਪਰ ਚਲੋ ਇੱਕ ਮੈਂ ਕਹਿਣ ਦਾ ਭਾਵ ਮੁਗਾਲਤੇ ਕਿਸ ਤਰ੍ਹਾਂ ਪਾਏ ਜਾਂਦੇ ਨੇ ਨਤੀਜਾ ਇਹ ਨਿਕਲਿਆ ਇੰਨੀਆਂ ਰਚਨਾਵਾਂ ਵਿੱਚ ਸਾਡੀ ਅਸਲ ਚਾਬੀ ਗੁਆਚ ਕੇ ਗੁਰੂ ਨੇ ਆਵਾਜ਼ ਦਿੱਤੀ ਕਹਿਣ ਲੱਗੇ ਕਹਿ ਰਹੇ ਸਤਿਗੁਰ ਬਿਨਾ ਹੋਰ ਕੱਚੀ ਹੈ ਬਾਣੀ ਸਤਿਗੁਰ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਬਾਜੋ ਹੋਰ ਕੱਚੀ ਬਾਣੀ ਕਿੱਥੇ ਕਿੱਥੇ ਫਿੱਟ ਕਰੇਗਾ ਉਹ ਸਤਿਗੁਰੂ ਬਿਨਾਂ ਹੋਰ ਕੱਚੀ ਆ ਭਲੂ ਸਾਨੂੰ ਡਰ ਨਹੀਂ ਲੱਗਦਾ ਗੁਰੂ ਨੇ ਸਿਰਫ ਬਾਣੀ ਨੂੰ ਕੱਚਾ ਨਹੀਂ ਆਖਿਆ ਸਾਡੇ ਲਈ ਵੀ ਇੱਕ ਲਫ਼ਜ਼ ਵਰਤ ਦਿੱਤਾ ਕਹਿਣ ਲੱਗੇ ਜਿਹੜਾ ਕੱਚੀ ਬਾਣੀ ਪੜ੍ਹਦਾ ਹੈ ਉਹ ਕਦੀ ਪੱਕਾ ਸਿੱਖ ਨਹੀਂ ਹੋ ਸਕਦਾ ਤੁਸੀਂ ਕੱਲ ਹੀ ਦੇਖ ਲਓ ਮੈਨੂੰ ਸਾਥੀ ਵਿਰੋਧ ਨਹੀਂ ਪਰ ਮੈਂ ਬੜਾ ਦੁਖੀ ਹੋਇਆ ਕੱਲ ਦਾ ਵੀ ਭਾਵੇਂ ਪਹਿਲੇ ਵੀ ਪਤਾ ਸੀ ਅੱਜ ਦਾ ਉਸ ਵੀਰ ਨੂੰ ਮੈਂ ਨਹੀਂ ਜਾਣਦਾ ਪੁਰਾਣਾ ਜਾਣਦਾ ਭਾਈ ਬਲਬੀਰ ਸਿੰਘ ਦਰਬਾਰ ਸਾਹਿਬ ਦਾ ਕੀਰਤਨੀ ਆ ਉੱਥੇ ਬੜਾ ਪੁਰਾਣਾ ਕੀਰਤਨੀ ਆ ਬੜਾ
ਰੱਗ ਦਾ ਸਿਆਣਾ ਹਰ ਸਭ ਕੁਛ ਹੈ। ਪਰ ਜਿਵੇਂ ਉਹਨੇ ਕੋਈ ਕਸਮ ਖਾਧੀ ਹੁੰਦੀ ਹੈ, 99% ਉਹ ਬੰਦਾ ਸਿਰਫ ਵਿਚਿੱਤਰ ਨਾਟਕ ਦੀਆਂ ਰਚਨਾਵਾਂ ਹੀ ਪੜ੍ਹਦਾ ਸੀ, ਦਰਬਾਰ ਸਾਹਿਬ ਵੀ ਉਹੀ ਪੜ੍ਹਦਾ ਸੀ, ਭਾਵੇਂ ਕਿਸੇ ਨੂੰ ਸਮਝ ਆਵੇ ਨਾ ਆਵੇ ਉਹਨੇ ਉਹੀ ਸ਼ਬਦ ਪੜ੍ਹਨੇ ਸਾਰੀ ਜ਼ਿੰਦਗੀ ਹੁੰਦਾ। ਢੰਗ ਬਹੁਤ ਵਰਤਦਾ ਸੀ, ਹੈ ਹੁਣ ਵੀ, ਮੈਂ ਤੁਹਾਨੂੰ ਦੀ ਗੱਲ ਸੁਣਾ, ਕੱਲ੍ਹ ਦੀ ਗੱਲ ਹੈ, ਹੁਣ ਵੀ ਤੁਸੀਂ ਇੰਟਰਨੈਟ 'ਤੇ ਪੜ੍ਹ ਸਕਦੇ ਹੋ, ਅੱਜ ਵੀ ਅਜੇ ਅਜੇ ਬਹੁਤ ਸਾਰੇ ਵੀਰਾਂ ਨੇ ਦੁਖੀ ਹੋ ਕੇ ਉਹ ਸਾਰੀ ਵੀਡੀਓ ਪਾਈ ਹੋਈ ਪਈ ਹੋਈ। ਭੰਗ ਦਾ ਪਿੰਨਾ ਵੱਟ ਕੇ ਜੇਬ 'ਚ ਪਾ ਲੈਣਾ, ਕੀਰਤਨ ਕਰਦਿਆਂ ਵੀ ਦਰਬਾਰ ਸਾਹਿਬ ਮੁੱਠ ਪਾਈ ਜਾਣੇ ਨਾ ਪੜ੍ਹਨੀ, ਮੈਨੂੰ ਅਜੇ ਤੱਕ ਮੇਰੇ ਸਮੇਂ ਦੀ ਗੱਲ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਪੁਰਬ ਸੀ ਅਤੇ ਸਵੇਰੇ ਸਵੇਰੇ ਇਹਦੀ ਡਿਊਟੀ ਸੀ, ਇਹਨੇ ਤਾਂ ਰਚਨਾ ਪੜ੍ਹਨੀਆਂ ਹੀ ਵਿਚਿੱਤਰ ਨਾਟਕ ਦੀਆਂ ਸਨ ਅਤੇ ਆਪ ਵੱਲੋਂ ਸ਼ਬਦ ਸ਼ੁਰੂ ਕੀਤਾ ਹੋਇਆ ਵਿਚਿੱਤਰ ਨਾਟਕ ਦਾ, ਅਗੜ ਦੰਗ ਬਾਜੇ ਬਗੜ ਦੰਗ ਗਾਜੇ। ਹੁਣ ਇਸ ਤਰ੍ਹਾਂ ਦੇ ਸ਼ਬਦ ਲੋਕਾਂ ਨੂੰ ਕੀ ਪਤਾ, ਉੱਥੇ ਵਿਆਖਿਆ ਤਾਂ ਹੋ ਹੀ ਨਹੀਂ ਸਕਦਾ, ਨਸ਼ੇ ਲਗਾਤਾਰ ਇੱਕੋ ਤੁੱਕ ਨੂੰ ਕਿੰਨੀ ਦੇਰ 15-20 ਮਿੰਟ ਲੱਗ ਗਏ, ਲੋਕ ਦੁਖੀ ਹੋ ਗਏ, ਬਾਹਰ ਫੋਨ ਆਉਣੇ ਸ਼ੁਰੂ ਹੋ ਗਏ, ਮੇਰੇ ਜਨਮ ਵੀ ਤੁਸੀਂ ਕਿਹੜਾ ਰੱਖ ਜਿੱਥੋਂ ਲਾਇਆ ਹੋਇਆ, ਉਹ ਮਨੁੱਖ ਸਾਰੀ ਜ਼ਿੰਦਗੀ ਪੰਡਵਾ ਦਾ ਕੱਲ੍ਹ ਉਹਦੀ ਇੰਟਰਵਿਊ ਪਈ ਕਿ ਉਹ ਗੁਰੂ ਕੀ ਸਿੱਖੀ ਨੂੰ ਵੀ ਤਿਆਗ ਕੇ ਅਸ਼ੂਤੋਸ਼ ਦੀ ਸ਼ਰਨ ਵਿੱਚ ਕਿਵੇਂ ਬੈਠਾ ਅਤੇ ਉੱਥੇ ਇਹ ਲਫ਼ਜ਼ ਵਰਤ ਰਿਹਾ ਕਿ ਮੈਂ ਦਰਬਾਰ ਸਾਹਿਬ ਵੀ ਕੀਰਤਨ ਕੀਤਾ, ਮੈਂ ਇੰਨੇ ਸਾਲ ਬੰਗਲਾ ਸਾਹਿਬ ਵੀ ਕੀਰਤਨ ਕੀਤਾ, ਪਟਨਾ ਸਾਹਿਬ ਵੀ ਕੀਰਤਨ ਕੀਤਾ ਅਤੇ ਹੁਣ ਰਹਿਮਤ ਹੋਈ ਭਾਗ ਹੋਆ ਗੁਰਸੰਤ ਮਿਲਾਇਆ ਅਤੇ ਉਹਦਾ ਚੇਲਾ ਕੋਲੋਂ ਕਹਿੰਦਾ ਉਹ ਜਿਹੜੇ ਤੂੰ ਇੰਨੇ ਕੀਰਤਨ ਕੀਤੇ ਇਹਦੇ ਹੁਣ ਤਾਂ ਤੈਨੂੰ ਫਲ ਮਿਲਿਆ ਕਿ ਤੈਨੂੰ ਇਹਨਾਂ ਦੇ ਦਰਸ਼ਨ ਹੋ ਗਏ। ਵੀਡੀਓ ਟੇਪ ਪਈ ਗੁਰੂ ਨੇ ਐਵੇਂ ਨਹੀਂ ਆਖਿਆ, ਜਿਸਨੇ ਸੱਚੀ ਬਾਣੀ ਨੂੰ ਤਿਲਾਂਜਲੀ ਦਿੱਤੀ ਹੈ ਉਹ ਸਿੱਖ ਸੱਚਾ ਨਹੀਂ ਹੋ ਸਕਦਾ, ਫੈਸਲਾ ਬਾਣੀ ਦਾ ਕਹਿਣ ਲੱਗੇ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਵਜੋਂ ਫਿਰ ਸਾਡਾ ਲਿਹਾਜ਼ ਨਹੀਂ ਕੀਤਾ, ਕਹਿਣ ਲੱਗੇ ਕਹਿੰਦੇ ਕੱਚੇ ਜਿਹੜੇ ਉਸ ਬਾਣੀ ਨੂੰ ਕਹਿੰਦੇ ਨੇ ਗਾਉਂਦੇ ਨੇ ਉਹ ਵੀ ਕੱਚੇ ਨੇ, ਜਿਹੜੇ ਉਹਨੂੰ ਸੁਣਦੇ ਨੇ ਉਹ ਵੀ ਕੱਚੇ ਨੇ, ਫੈਸਲਾ ਮੇਰਾ ਨਹੀਂ ਗੁਰਬਾਣੀ ਦਾ, ਅਸੀਂ ਆਪਣੇ ਆਪ 'ਤੇ ਤਾਂ ਤਰਸ ਕਰੀਏ ਗੁਰੂ ਦੀ ਗੱਲ ਮੰਨ ਲਈਏ। ਮੈਨੂੰ ਸ੍ਰੀ ਗੁਰੂ ਸਾਹਿਬ ਦੀ ਬਾਣੀ ਵਿੱਚੋਂ ਕੋਈ ਸ਼ਬਦ ਲਿਆ ਦਿਓ ਜਿੱਥੇ ਕਹੋ ਮੈਂ ਉੱਥੇ ਗਾਉਣ ਲਈ ਤਿਆਰ ਤੇ ਪਾਉਣ ਲਈ ਤਿਆਰ, ਪਰ ਜਿਹੜਾ ਕੋਈ ਲਫ਼ਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸ਼ਬਦ ਨਾ ਹੋਵੇ ਤੇ ਨਾਮ ਬਾਣੀ ਦਾ ਬਣਤਰ ਬਣਾ ਬਾਣੀ ਦੀ ਵਰਤ ਕੇ ਵਿੱਚ ਬੈਠਾ ਹੋਵੇ ਤੇ ਪਤਾ ਲੱਗ ਜਾਏ ਉਹਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ, ਬਸ ਹੋਰ ਮੇਰਾ ਮਕਸਦ ਫੈਸਲੇ ਬਣ ਦੇ। ਗੁਰੂ ਕਹਿੰਦੇ ਨੇ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਵਖਾਣੀ, ਹੁਣ ਕੱਚੇ ਅਖਵਾਉਣ ਵਾਲੇ ਕਿਵੇਂ ਗੁਰੂ ਦੇ ਸੱਚੇ ਸਿੱਖ ਬਣਨਗੇ। ਬੜੀ ਖੂਬਸੂਰਤ ਗੱਲ ਇੱਕ ਥਾਂ ਤੇ ਬਾਣੀ ਅੰਦਰ ਆਈ, ਕਹਿਣ ਲੱਗੇ ਜੋ ਤੋ ਸਾਧ ਪਿਰਮ ਕੇ ਸਮਝਾਉਣ ਦਾ, ਕਹਿਣ ਲੱਗੇ ਜੇ ਤੇਰਾ ਗੁਰੂ ਨਾਲ ਪਿਆਰ ਹੈ,
ਜੇ ਤੂੰ ਰੱਬ ਨਾਲ ਪਿਆਰ ਪਾਇਆ, ਜੇ ਤੂੰ ਗੁਰੂ ਨਾਲ ਪਿਆਰ ਪਾਇਆ ਤਾਂ ਪੱਕਾ ਹੋ ਕੇ ਪਈ। ਇਹ ਖੇਡ ਕੋਈ ਸੌਖੀ ਨਹੀਂ, ਇਹਦੇ ਪਿੱਛੇ ਕਈ ਨਾਰਾਜ਼ ਵੀ ਹੋ ਜਾਂਦੇ ਨੇ, ਕਈ ਛੱਡਣੇ ਵੀ ਪੈਂਦੇ ਨੇ। ਐਸਾ ਬਣਦਾ ਇਹ ਖੇਡ ਕੋਈ ਆਸਾਨ ਨਹੀਂ, ਗੁਰੂ ਦੇ ਪਿਆਰ ਦੀ ਖੇਡ ਖੇਡਣੀ ਕੋਈ ਆਸਾਨ। ਜੇ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੁਰਿਆਓ, ਇਤ ਮਾਰਗ ਪੈਰ ਧਰੀ ਜੇ, ਸਿਰ ਦੀਜੇ ਕਾਣ ਨਾ ਕੀਜੇ। ਕਹਿਣ ਲੱਗੀ ਜਦੋਂ ਤੋ ਸਾਧ ਪ੍ਰਮ ਕੀ ਕਾਕੇ ਸੇਤੀ ਖੇਲ, ਇਸ ਖੇਲ ਨੂੰ ਪੱਕਾ ਹੋ ਕੇ ਖੇਲ, ਕੱਚੀ ਖੇਡ ਨਹੀਂ, ਪਾਕੇ ਸੇਤੀ ਖੇਲ। ਅਗਲੀ ਲਾਈਨ ਵਿੱਚ ਇੱਕ ਐਗਜ਼ਾਮਪਲ ਦਿੱਤੀ ਹੈ, ਕਹਿੰਦੇ ਨੇ ਸਰਸੋਂ, ਆਪਾਂ ਜੋ ਸਰੋਂ ਆਖਦੇ ਉਹਦੀਆਂ ਦੋ ਚੀਜ਼ਾਂ ਬਣਦੀਆਂ ਨੇ, ਉਹਦੇ ਵਿੱਚੋਂ ਤੇਲ ਨਿਕਲਦਾ, ਉਹ ਅਸੀਂ ਤੁਸੀਂ ਵਰਤਦੇ ਹਾਂ, ਅਤੇ ਜਦੋਂ ਉਹਦੇ ਚੋਂ ਤੇਲ ਨਿਕਲ ਜਾਓ ਉਹਦਾ ਫੋਕ ਵੀ ਸੁੱਕਿਆ ਨਹੀਂ ਜਾਂਦਾ। ਅਜੀਬ ਗੱਲ ਹੈ, ਬਾਕੀ ਬਹੁਤ ਸਾਰੀਆਂ ਚੀਜ਼ਾਂ ਤਾਂ ਐਸੀਆਂ ਨੇ ਨਾ ਜਿਨ੍ਹਾਂ ਦਾ ਫੋਕ ਕੰਮ ਨਹੀਂ ਆਉਂਦਾ। ਗੁਰੂ ਨੇ ਬਣੀ ਹੁੰਦਾ ਐਗਜ਼ਾਮਪਲ ਦਿੱਤੀ, ਕਹਿਣ ਲੱਗੇ ਸਰਸੋਂ ਦੀਆਂ ਦੋਨੋਂ ਚੀਜ਼ਾਂ ਕੰਮ ਆਉਂਦੀਆਂ ਨੇ। ਉਹਨੂੰ ਜਦੋਂ ਪੀੜਦਾ ਨਾ ਕੋਹਲੂ ਵਿੱਚ, ਕੋਹਲੂ ਵਿੱਚ ਪੀੜਦਾ ਨਾ ਤੇਲੀ, ਉਦੋਂ ਉਹਦੇ ਵਿੱਚ ਦੋ ਚੀਜ਼ਾਂ ਵੱਖ ਕਰ ਲੈਂਦਾ, ਇੱਕ ਤੇਲ ਜਿਹੜਾ ਉਹਦੇ ਚੋਂ ਨਿਕਲਦਾ ਉਹ ਹਰਕ ਦੇ ਕੰਮ ਆਉਂਦਾ, ਇੱਕ ਉਹਦਾ ਫੋਕ ਜਿਹਨੂੰ ਸਾਡੀ ਬੋਲੀ ਵਿੱਚ ਖਲ ਆਖਦੇ ਨੇ, ਪਸ਼ੂਆਂ ਨੂੰ ਖਲ ਪਾਈ ਜਾਂਦੀ ਹੈ ਔਰ ਬੜੀ ਤਾਕਤਵਰ ਹੁੰਦੀ ਹੈ, ਵੀਰ ਬਜ਼ੁਰਗ ਜਾਣਦੇ ਨੇ ਖਲ ਹਰਕ ਜੀ, ਪਸ਼ੂ ਨੂੰ ਕੋਈ ਹਰਕ ਨਹੀਂ ਪਾਉਂਦਾ, ਜਿਹਨੇ ਬੜੇ ਪਿਆਰ ਨਾਲ ਪਾਲਣਾ ਹੁੰਦਾ ਪਸ਼ੂ ਨੂੰ, ਬਲਵਾਨ ਅਤੇ ਸ਼ਕਤੀਸ਼ਾਲੀ ਰੱਖਣਾ ਹੁੰਦਾ, ਉਹ ਉਹਦੇ ਦਾਣੇ ਵਿੱਚ ਖਲ ਮਿਕਸ ਕਰਦਾ। ਫੋਗ ਹੁੰਦਾ ਜਿਹੜਾ ਤੇਲੀ, ਉਹਨੂੰ ਖਲ ਦਾ ਨਾਮ ਦੇ ਕੇ ਕੱਢ ਲੈਂਦਾ, ਉਹ ਵੀ ਕੰਮ ਆਉਂਦੀ ਹੈ। ਜਿਸ ਪਸ਼ੂ ਨੂੰ ਪਾਓ ਉਹਦਾ ਦੁੱਧ ਵੱਧਦਾ, ਸਾਰੇ ਜਿਵੇਂ ਚੁੱਲ ਲੱਗਿਆ ਇਸ ਤੋਂ, ਅਤੇ ਸਰਸੋਂ ਦਾ ਤੇਲ ਵੀ ਕੰਮ ਆਉਂਦਾ। ਪਰ ਇੱਕ ਲਫ਼ਜ਼ ਬਣਾ ਦਿੱਤੇ ਨੇ ਕਿ ਖਿਆਲ ਕਰਿਓ, ਸਰੋਂ ਵਿੱਚੋਂ ਤੇਲ ਅਤੇ ਖਲ ਦੋ ਚੀਜ਼ਾਂ ਨਿਕਲਦੀਆਂ ਨੇ, ਪਰ ਤਾਂ ਨਿਕਲਦੀਆਂ ਨੇ ਜੇ ਸਰੋਂ ਪੱਕ ਜਾਏ। ਫੈਸਲਾ ਬਣ ਗਿਆ ਜੇ ਪੱਕ ਜਾਏ ਉਹਨਾਂ ਦਾਣਿਆਂ ਨੂੰ, ਉਹਨਾਂ ਸਰਸੋਂ ਦੇ ਬੀਜਾਂ ਨੂੰ ਜਦੋਂ ਕੋਹਲੀ ਵਿੱਚ ਪੀੜੋਗੇ ਉਹਦੇ ਤੋਂ ਸਰਸੋਂ ਦਾ ਤੇਲ ਵੀ ਨਿਕਲੇਗਾ, ਸਰਸੋਂ ਦੀ ਖਲ ਵੀ ਨਿਕਲੇਗੀ। ਕਹਿਣ ਲੱਗੇ ਭੋਲਿਓ, ਕੱਚੀ ਅਤੇ ਪੱਕੀ ਵਿੱਚ ਕੀ ਫਰਕ ਹੈ, ਜੇ ਉਹ ਸਰਸੋਂ ਰਹਿ ਜਾਏ ਕੱਚੀ, ਅਜੇ ਦਾਣਾ ਪੱਕਿਆ ਲਾਓ, ਸਰਸੋਂ ਰਹਿ ਜਾਏ ਕੱਚੀ ਅਤੇ ਉਹਨੂੰ ਤੇਲੀ ਆਪਣੇ ਕੋਹਲੂ ਵਿੱਚ ਪੀੜ ਲੈ, ਭਾਵੇਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਰਹੇ, ਨਾ ਉਹਦੀ ਖਲ ਕੰਮ ਆਉਂਦੀ ਹੈ ਨਾ ਉਹਦੇ ਵਿੱਚੋਂ ਤੇਲ ਨਿਕਲਦਾ। ਜਿਸ ਸਿੱਖ ਵਿੱਚ ਸਿੱਖੀ ਕੱਚੀ ਰਹਿ ਗਈ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਗੋ ਖਾਣੀ। ਜੇ ਸਿੱਖ ਵਿੱਚ ਗੁਰੂ ਪ੍ਰਤੀ ਮਜ਼ਬੂਤੀ ਤੇ ਮਜ਼ਬੂਤ ਸਿੱਖੀ ਨਾ ਰਹੀ, ਕੱਚੀ ਰਹਿ ਗਈ, ਕੱਚੀਆਂ ਬਾਣੀਆਂ ਨੂੰ ਪੜ੍ਹ ਕੇ, ਕੱਚੀਆਂ ਰਚਨਾਵਾਂ ਨੂੰ ਸੁਣ ਕੇ, ਉਹਦਾ ਜੀਵਨ ਵਿਅਰਥ ਹੋ ਗਿਆ, ਨਾ ਉਹ ਖਲ ਬਣੀ ਨਾ ਉਹ ਤੇਲ ਬਣਿਆ। ਫੈਸਲਾ ਬਾਣੀ ਕਹਿੰਦੇ ਨੇ ਜੀਵਨ ਦੀ ਵੀ ਹੋਵਾ।
ਜੇ ਆਪਣੇ ਜੀਵਨ ਨੂੰ ਵਿਰਥਾ ਹੋਣ ਤੋਂ ਬਚਾਉਣਾ ਹੀ ਤਾਂ ਤੈਨੂੰ ਗੁਰੂ ਦਾ ਪੱਕਾ ਸਿੱਖ ਹੋਣਾ ਪਏਗਾ। ਪੱਕਾ ਸਿੱਖ ਅਜੇ ਤੂੰ ਡਾਵਾਂ ਡੋਲ ਫਿਰ ਰਹੇ, ਚਲੋ ਉਹਦੇ ਦਰਵਾਜ਼ੇ ਤੋਂ ਵੀ ਕੁਝ ਮੰਗ ਲਓ, ਉਹਦੇ ਦਰਵਾਜ਼ੇ ਤੋਂ ਵੀ ਕੁਝ ਮੰਗ ਲਓ। ਅਜੇ ਤਾਂ ਤੂੰ ਤੇੜ ਵਿੱਚ ਪਿਆ ਹੋਇਆ ਹੈ, ਚਲੋ ਇਹਦੇ ਇਸ ਸ਼ਬਦ ਨਾਲ ਵੀ, ਇਸ ਬਾਣੀ ਨਾਲ, ਇਸ ਗੁਰੂ ਨਾਲ ਹੀ ਕੰਮ ਚਲਾ ਲਓ। ਗੁਰੂ ਨੇ ਇਹ ਉਹ ਫੈਸਲਾ ਦਿੱਤਾ, ਕਹਿੰਦੇ ਛੱਡ ਤੂੰ ਹੁੰਦਾ ਜਾਏਗਾ। ਆ ਭਰਮ ਜਿੰਨੇ ਨੇ ਨਿਰਾਸ਼ ਹੀ ਕਰ ਰਹੇ ਨੇ, ਫਲਾਣੇ ਕੋਲੋਂ ਵੀ ਪੁੱਛਿਆ ਸੀ ਫਲਾਣੇ ਕੋਲ, ਪਰ ਗੱਲ ਬਣੀ ਨਹੀਂ। ਕਿਉਂ ਨਹੀਂ ਬਣੀ? ਕਿਉਂਕਿ ਅਜੇ ਤੱਕ ਤੂੰ ਏੜ ਤੇੜ ਕਰਦਾ ਫਿਰਨਾ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਝਣ ਦੀ ਕੋਸ਼ਿਸ਼ ਕਰ, ਇਸ ਬਾਣੀ ਨਾਲ ਜੁੜ, ਫਿਰ ਤੈਨੂੰ ਏੜ ਤੇੜ ਦੀ ਲੋੜ ਨਹੀਂ ਪੈਣੀ। ਗੁਰ ਕਾ ਸ਼ਬਦ ਪਛਾਣ, ਤੈਨੂੰ ਪਤਾ ਹੋਵੇ ਇਸ ਬਾਣੀ ਵਿੱਚੋਂ ਖਲ ਵੀ ਮਿਲੇਗੀ ਅਤੇ ਤੇਲ ਵੀ ਮਿਲੇਗਾ, ਨਹੀਂ ਤਾਂ ਕਾਚੀ ਸਰਸੋਂ ਪੇਲ ਕੇ ਨਾ ਖਲ ਪਈ ਨਾ ਤੇਲ। ਜੀਵਨ ਸਿੱਖੀ ਪ੍ਰਤੀ ਕੱਚਾ ਹੋ ਰਿਹਾ, ਦਿਨ ਬ ਦਿਨ ਕੱਚਾ ਹੋ ਰਿਹਾ। ਜਿਨ ਮਨ ਹੋਰ ਮੁੱਖ ਹੋਰ ਸੇ ਕਾਢੇ ਕੱਚਿਆ ਮੂੰਹ, ਕਹਿੰਦਾ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹਾਂ, ਮੇਰਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਅਤੇ ਮਨ ਵਿੱਚ ਕਹਿੰਦਾ ਨਹੀਂ ਉਹ ਸਾਧ ਨੇ ਜੋ ਆਖਿਆ ਮੈਂ ਉਹ ਗੱਲ ਮੰਨਾਂਗਾ, ਉਸ ਗ੍ਰੰਥ ਨੇ ਜੋ ਆਖੀ ਹੈ ਮੇਰੇ ਲਈ ਉਹ ਗੱਲ ਜ਼ਰੂਰੀ ਹੈ। ਕਿਉਂਕਿ ਉਹ ਕਹਿੰਦਾ ਸ਼ਿਵਾ ਕੋਲੋਂ ਮੰਗ ਮੰਗ, ਗੁਰੂ ਕੋਲੋਂ ਤੂੰ ਮੰਗਣਾ, ਦੇ ਸ਼ਿਵਾ ਬਲ ਬੋਹੇ ਹੈ ਸ਼ੁਭ ਕਰੋ ਉਹਦੇ ਕੋਲੋਂ ਮੰਗ। ਸੋ ਇਹ ਮਨੁੱਖ ਭਰਮਾਂ ਵਿੱਚ ਪਿਆ ਹੋਇਆ ਥਾਂ ਥਾਂ ਭਟਕ ਰਿਹਾ ਹੈ। ਸੋ ਸਤਿਗੁਰੂ ਬਖਸ਼ਿਸ਼ ਕਰੇ ਸਾਡੇ ਕੋਲ ਜਿਹਨੇ ਅਸਲ ਚਾਬੀ ਨੂੰ ਪਛਾਣ ਲਿਆ ਹੈ, ਉਹ ਫਿਰ ਏੜ ਤੇੜ ਨਹੀਂ ਕਰਦਾ, ਨਾ ਏੜ ਤੇੜ ਪਸੰਦ ਕਰਦਾ ਹੈ। ਸਿਰਫ ਜ਼ਰੂਰਤ ਹੈ ਗੁਰ ਕਾ ਸ਼ਬਦ ਪਛਾਣ ਦੀ। ਅਸਲ ਚਾਬੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਜਿਹੜੀ ਅਗਿਆਨਤਾ ਦਾ ਤਾਲਾ ਖੋਲ੍ਹ ਕੇ ਗਿਆਨ ਦਾ ਪ੍ਰਕਾਸ਼, ਸੂਰਜ ਦੀ ਧੁੱਪ, ਸੂਰਜ ਦੀ ਰੋਸ਼ਨੀ ਅੰਦਰ ਲਿਆ ਸਕਦੀ ਹੈ। ਇਹਨਾਂ ਸ਼ਬਦਾਂ ਨਾਲ ਕਮਾਉਂਦਾ ਜਾ ਚੁੱਕਾ, ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।